ਹੈਲੋ ਸਟੂਡੈਂਟਸ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਚੈਨਲ ਸੁਖੇਜਾ ਟਿਊਸ਼ਨਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਕਲਰਕ ਦੀਆਂ ਕਾਫੀ ਵੈਕੈਂਸੀਜ਼ ਆਉਣ ਵਾਲੀਆਂ ਨੇ ਤਾਂ ਆਪਾਂ ਉਸ ਦੇ ਲਈ ਇੱਕ ਪੇਡ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਜੋ ਵੀ ਸਟੂਡੈਂਟਸ ਉਸ ਬੈਚ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਨੇ ਉਸ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ ਮੋਹੀ ਸਰ ਨਾਲ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਉਹ ਮੋਹੀ ਸਰ ਨਾਲ ਕੰਟੈਕਟ ਕਰ ਲਓ ਆਪਾਂ ਬਹੁਤ ਜਲਦ ਪੇਡ ਬੈਚ ਸਟਾਰਟ ਕਰਨ ਵਾਲੇ ਆ ਜਿਦੇ ਵਿੱਚ ਕੀ ਤੁਹਾਨੂੰ ਐਪਟੀਟਿਊਡ ਰੀਜ਼ਨਿੰਗ ਜੀਕੇ ਇੰਗਲਿਸ਼ ਕੰਪਿਊਟਰ ਪੰਜਾਬੀ ਸਾਰਾ ਕੁਝ ਕਰਵਾਇਆ ਜਾਊਗਾ ਠੀਕ ਹੈ ਸਟੂਡੈਂਟਸ ਅੱਜ ਆਪਾਂ ਇੱਕ ਚੈਪਟਰ ਕਰਾਂਗੇ ਜੀ ਜੋ ਕੀ ਹੈ ਨੰਬਰ ਸੀਰੀਜ਼ ਐਂਡ ਅਲਫਾਬੈਟ ਸੀਰੀਜ਼ ਠੀਕ ਹੈ ਮੈਪ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਦੱਸਣੀਆਂ ਚਾਹੀਆਂ ਨੇ ਦੇਖੋ ਸਟੂਡੈਂਟਸ ਜੋ ਵੀ ਆਪਾਂ ਇਸ ਬੈਚ ਦੇ ਵਿੱਚ ਪੜਾਂਗੇ ਜੋ ਮੈਂ ਤੁਹਾਨੂੰ ਦੱਸ ਰਹੀਆਂ ਕਿ ਮੋਹੀ ਸਰ ਨਾਲ ਗੱਲ ਕਰ ਲੋ ਅਗਰ ਤੁਸੀਂ ਕੋਈ ਵੀ ਪੰਜਾਬ ਲੈਵਲ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਕੋਈ ਵੀ ਜਿਵੇਂ ਕਿ ਪੀ ਟ੍ਰਿਪਲ ਐਸ ਬੀ ਹੋ ਗਿਆ ਠੀਕ ਹੈ ਪੰਜਾਬ ਕੋਆਰਡੀਨੇਟ ਸਰਵਿਸਿਜ਼ ਸਿলেকਸ਼ਨ ਬੋਰਡ ਜੋ ਵੀ ਕਲੈਰੀਕਲ ਦੀਆਂ ਪੋਸਟਾਂ ਆਉਂਦੀਆਂ ਨੇ ਕਾਂਸਟੇਬਲ ਦਾ ਐਗਜ਼ਾਮ ਹੋ ਗਿਆ ਜੋ ਵੀ ਕਲੈਰੀਕਲ ਲੈਵਲ ਦਾ ਇਗਜ਼ਾਮ ਆਉਂਦੇ ਪੀਐਸਪੀਸੀਐਲ ਕਲਰਕ ਹੋ ਗਿਆ ਠੀਕ ਹੈ ਇਹ ਸਾਰੇ ਸਾਰਾ ਇਸ ਬੈਚ ਦੇ ਵਿੱਚ ਕਵਰ ਕਰਵਾਇਆ ਜਾਊਗਾ ਮੋਹੀ ਸਰ ਦਾ ਜੋ ਨੰਬਰ ਹੈ ਉਹ ਮੈਂ ਇੱਥੇ ਲਿਖ ਦਿੰਨੀ ਆ ਠੀਕ ਹੈ 9780848001 ਇਹ ਮੋਹੀ ਸਰ ਦਾ ਨੰਬਰ ਹੈ ਜੀ ਜੋ ਵੀ ਸਟੂਡੈਂਟਸ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਆ ਉਹ ਮੋਹੀ ਸਰ ਨਾਲ ਗੱਲ ਕਰ ਲੋ ਦੇਖੋ ਇਥੇ ਤੁਹਾਡੀ YouTube ਤੇ ਡੇਲੀ ਕਲਾਸ ਹੋਇਆ ਕਰੇਗੀ ਠੀਕ ਹੈ ਕੱਲ ਤੋਂ ਇੱਕ ਨਵੀਂ ਚੀਜ਼ ਆਪਾਂ ਲੈ ਕੇ ਆ ਰਹੇ ਹਾਂ ਡੇਲੀ ਕਲਾਸ ਦੇ ਵਿੱਚ ਰੀਜ਼ਨਿੰਗ ਦੀ ਡੇਲੀ ਕਲਾਸ ਦੇ ਵਿੱਚ ਆਪਾਂ 20 ਕੁਐਸਚਨ ਕਰਿਆ ਕਰਾਂਗੇ ਠੀਕ ਹੈ 20 ਕੁਐਸਚਨਸ ਮੈਂ ਤੁਹਾਨੂੰ ਕਰਵਾਇਆ ਕਰੂੰਗੀ ਉਹ 20 ਕੁਐਸਚਨਸ ਕਿਹੜੇ ਹੋਇਆ ਕਰਨਗੇ ਉਹ ਉਹ ਕੁਐਸਚਨਸ ਹੋਇਆ ਕਰਨਗੇ ਜੋ ਕਿ ਪੁਰਾਣੇ ਪੇਪਰਾਂ ਦੇ ਵਿੱਚ ਪ੍ਰੀਵੀਅਸ ਪੇਪਰਾਂ ਦੇ ਵਿੱਚ ਆ ਚੁੱਕੇ ਨੇ ਪੰਜਾਬ ਦੀ ਠੀਕ ਹੈ ਆਪਾਂ ਹਰ ਪ੍ਰੀਵੀਅਸ ਪੇਪਰ ਦੇ ਰੀਜਨਿੰਗ ਦੇ ਕੁਸ਼ਨਸ ਨੂੰ ਇਹ ਕਲਾਸਿਸ ਦੇ ਵਿੱਚ ਕਵਰ ਕਰਾਂਗੇ ਪ੍ਰੋਪਰ ਟਾਈਮ ਦੇ ਕਲਾਸ ਦੇ ਵਿੱਚ ਤੁਸੀਂ ਆ ਜਿਆ ਕਰੋ ਠੀਕ ਹੈ ਅਗਰ ਕਿਸੇ ਵੀ ਸਟੂਡੈਂਟ ਦਾ ਇਹ ਸਪਨਾ ਹੈ ਕਿ ਉਸਨੇ ਇਸ ਸਾਲ ਦੇ ਵਿੱਚ ਨੌਕਰੀ ਲੱਗ ਜਾਨੀ ਹੈ ਤਾਂ ਉਹ ਇਸ ਬੈਚ ਨੂੰ ਜ਼ਰੂਰ ਜੁਆਇਨ ਕਰੋ ਠੀਕ ਹੈ ਅੱਜ ਮੈਂ ਤੁਹਾਨੂੰ ਕਰਵਾਉਣ ਜਾ ਰਹੀਆਂ ਨੰਬਰ ਸੀਰੀਜ਼ ਐਂਡ ਅਲਫਾਬੈਟ ਸੀਰੀਜ਼ ਠੀਕ ਹੈ ਜਿਹੜੀ ਆਪਾਂ ਕੁਐਸਚਨ ਸੀਰੀਜ਼ ਦੀ ਕਲਾਸ ਹੈ ਜਿਹੜੀ ਕਿ ਆਪਾਂ ਕੁਐਸਚਨ ਸੀਰੀਜ਼ ਦੀ ਕਲਾਸ ਹੈ ਉਹ ਆਪਾਂ ਕੱਲ ਤੋਂ ਸਟਾਰਟ ਕਰਨ ਵਾਲੇ ਆ ਠੀਕ ਹੈ ਜੀ ਉਹ ਆਪਾਂ ਕੱਲ ਤੋਂ ਸਟਾਰਟ ਕਰਨ ਵਾਲੀਆਂ ਤੁਹਾਨੂੰ ਪਤਾ ਲੱਗਦਾ ਜਾਏਗਾ ਕਿ ਕਿਵੇਂ ਦੇ ਕੁਐਸਚਨਸ ਪੇਪਰਾਂ ਦੇ ਵਿੱਚ ਆਉਂਦੇ ਨੇ ਠੀਕ ਹੈ 21 ਕੁਐਸਚਨ ਨੂੰ ਮੈਂ ਡਿਟੇਲ ਦੇ ਨਾਲ ਐਕਸਪਲੇਨ ਕਰੂੰਗੀ ਹੁਣ ਦੇਖੋ ਨੰਬਰ ਸੀਰੀਜ਼ ਐਂਡ ਅਲਫਾਬੈਟ ਸੀਰੀਜ਼ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨੰਬਰਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕੀ ਹੋਣਾ ਚਾਹੀਦਾ ਜੀ ਤੁਹਾਨੂੰ ਪਤਾ ਨੰਬਰਸ ਬਾਰੇ ਪਤਾ ਹੋਣਾ ਚਾਹੀਦਾ ਇਹ ਸਾਰਿਆਂ ਨੂੰ ਪਤਾ ਹੀ ਹੋਏਗਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਲਿਖ ਲੋ ਦੇਖੋ ਜਿਹੜੀਆਂ ਇਹ ਕਲਾਸਿਸ ਨੇ ਬਿਲਕੁਲ ਹੀ ਜ਼ੀਰੋ ਲੈਵਲ ਮਤਲਬ ਬਿਲਕੁਲ ਬੇਸਿਕ ਲੈਵਲ ਤੋਂ ਕਲਾਸਿਸ ਅਸੀਂ ਸਟਾਰਟ ਕੀਤੀਆਂ ਹੋਈਆਂ ਨੇ ਤਾਂ ਕਿ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਦੇ ਹੋਲ ਨੰਬਰਸ ਨੈਚੁਰਲ ਨੰਬਰਸ ਈਵਨ ਨੰਬਰਸ ਔਡ ਨੰਬਰਸ ਪ੍ਰਾਈਮ ਨੰਬਰਸ ਇਹ ਨੰਬਰਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਕੁਅਰਸ ਐਂਡ ਕਯੂਬਸ ਠੀਕ ਹੈ ਜੀ ਇਨਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਦੇਖੋ ਜੀ ਹੋਲ ਨੰਬਰ ਕਿਹੜੇ ਹੁੰਦੇ ਆ हूँ अगर आप गल करिए होल नंबरस की होल नंबरस केड़े होंगे हैं जी जे जेडे कि जीरो तो शुरू होंगे जीरो वन टू थ्री फोर ठीक है नैचुरल नंबरस केड़े होंगे हैं जोड़े एक तो शुरू होंगे एक दो तीन चार पे ठीक है ईवन नंबर कहे होंगे ईवन नंबर वो होंगे जिड़े कि सिर्फ तो सिर्फ अपने ही टेबल पर जा जिड़े कि सिर्फ तो सिर्फ अपने ही टेबल पर जा जिमें दो ਸਮਾਲਫ ਈਵਨ ਨੰਬਰ ਕਿਹੜਾ ਹੈ 2 ਅ ਸੌਰੀ ਇਹ ਮੈਂ ਪ੍ਰਾਈਮ ਨੰਬਰਸ ਦਾ ਬੋਲ ਗਈਆਂ ਈਵਨ ਨੰਬਰਸ ਕਿਹੜੇ ਹੁੰਦੇ ਆ ਜਿਹੜੇ ਕਿ 2 ਨਾਲ ਡਿਵੀਜ਼ੀਬਲ ਹੁੰਦੇ ਆ ਠੀਕ ਹੈ ਜਿਹੜੇ ਕਿ 2 ਦੇ ਪਹਾੜੇ ਤੇ ਕੱਟੇ ਜਾਂਦੇ ਨੇ ਜਿਵੇਂ ਕਿ 2 4 6 8 10 12 ਠੀਕ ਹੈ ਉਹ ਕਿਹੜੇ ਹੁੰਦੇ ਆ ਜੀ ਈਵਨ ਨੰਬਰਸ ਹੁੰਦੇ ਆ ਔਡ ਨੰਬਰਸ ਕਿਹੜੇ ਹੁੰਦੇ ਆ ਜਿਹੜੇ 2 ਦੇ ਪਹਾੜੇ ਤੇ ਨਹੀਂ ਜਾਂਦੇ ਜਿਵੇਂ ਕਿ 1 3 5 7 9 11 प्राइम नंबर केड़े होंगे हैं जी प्राइम नंबर वो होंगे जेडे कि सिर्फ तो सिर्फ अपने ही पहाड़े पर जाते हैं ठीक है अपने ही टेबल पर जाते हैं जिमें कि दो हो गया तीन हो गया ठीक है चार नहीं पाँच हो गया फिर सात हो गया फिर ग्यारह तेरह जेडे कि सिर्फ तो सिर्फ अपने ही पहाड़े पर जाते हैं एक प्राइम नंबर नहीं है बच्चे इस गलती कर जाते हैं एक प्राइम नंबर नहीं है क्योंकि प्राइम नंबर एक तो जे सिर्फ अपने टेबल पर जाते हैं वह हो गया ਤੇ ਦੂਸਰੀ ਚੀਜ਼ ਇਹਦੇ ਵਿੱਚ ਇਹ ਹੁੰਦਾ ਕਿ ਇਹਦੇ ਦੋ ਫੈਕਟਰਸ ਹੁੰਦੇ ਨੇ ਪ੍ਰਾਈਮ ਨੰਬਰਸ ਤੇ ਦੋ ਫੈਕਟਰਸ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਇੱਕ ਤਾਂ ਇੱਕ ਹੁੰਦਾ ਇੱਕ ਉਹ ਖੁਦ ਹੁੰਦਾ ਠੀਕ ਹੈ ਜਿਵੇਂ ਕਿ ਦੋ ਦੇ ਅਗਰ ਆਪਾਂ ਫੈਕਟਰਸ ਬਣਾਈਏ ਇੱਕ ਤਾਂ ਇੱਕ ਦੇ ਪਹਾੜੇ ਤੇ ਜਾਊਗਾ ਇੱਕ ਜਾਊਗਾ ਦੋ ਦੇ ਪਹਾੜੇ ਤੇ ਠੀਕ ਹੈ ਤਿੰਨ ਦੇ ਇੱਕ ਤੇ ਤੇ ਤਿੰਨ ਤੇ ਐਵੇਂ ਹੀ ਪੰਜ ਇੱਕ ਤੇ ਜਾਊਗਾ ਪੰਜ ਤੇ ਜਾਊਗਾ ਐਵੇਂ ਹੀ ਸੱਤ ਇੱਕ ਤੇ ਜਾਊਗਾ ਸੱਤ ਤੇ ਜਾਊਗਾ ਠੀਕ ਹੈ ਜੀ ਕਲੀਅਰ ਹੈ ਹੋਲ ਨੰਬਰਸ ਨੈਚੁਰਲ ਨੰਬਰਸ ਈਵਨ ਨੰਬਰ ਐਂਡ ਆਰਡ ਨੰਬਰ ਐਂਡ ਪ੍ਰਾਈਮ ਨੰਬਰ ਇਹ ਪੰਜ ਤਰ੍ਹਾਂ ਦੇ ਨੰਬਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਕੁਅਰ ਕਯੂਬ મે ਅੱਗੇ ਤੁਹਾਨੂੰ ਆਉਣ ਵਾਲੀ ਉਹਦੇ ਵਿੱਚ ਦੱਸ ਦੂੰਗੀ ਕਲੀਅਰ ਹੈ ਸਟੂਡੈਂਟਸ ਆਪਾਂ ਅੱਜ ਕੀ ਕਰ ਰਹੇ ਹਾਂ ਜੀ ਨੰਬਰ ਸੀਰੀਜ਼ ਐਂਡ ਅਲਫਾਬੈਟ ਸੀਰੀਜ਼ ਨੰਬਰ ਸੀਰੀਜ਼ ਤੇ ਅਲਫਾਬੈਟ ਸੀਰੀਜ਼ ਦੇ ਵਿੱਚੋਂ ਆਪਾਂ ਨੂੰ ਪੇਪਰ 'ਚੋ ਦੋ ਕੁਐਸਚਨ ਵੀ ਦੇਖਣ ਨੂੰ ਮਿਲ ਸਕਦੇ ਆ ਤੇ ਇੱਕ ਕੁਐਸਚਨ ਵੀ ਦੇਖਣ ਨੂੰ ਮਿਲ ਸਕਦਾ ਹੈ ਮੈਂ ਤੁਹਾਨੂੰ ਦੱਸਣਾ ਹੈ ਕਿ ਕਿਵੇਂ ਇਸ ਕੁਐਸ਼ਨ ਨੂੰ ਤੁਸੀਂ ਕਰਨਾ ਹੈ ਠੀਕ ਹੈ ਕਿਵੇਂ ਕੁਐਸ਼ਨਸ ਤੁਸੀਂ ਅਟੈਂਪਟ ਕਰਨੇ ਹਨ ਦੇਖੋ ਜੀ ਇਹਦੇ ਕੁਝ ਰੂਲਸ ਹੁੰਦੇ ਨੇ ਉਹ ਰੂਲਸ ਜਿਵੇਂ ਜਿਵੇਂ ਕੁਐਸ਼ਨ ਕਰਦੇ ਜਾਵਾਂਗੇ ਠੀਕ ਹੈ ਓਵੇਂ ਓਵੇਂ ਤੁਹਾਨੂੰ ਪਤਾ ਲੱਗਦਾ ਜਾਏਗਾ ਐਡੀਸ਼ਨ ਹੋ ਸਕਦੀ ਹੈ ਸਬਟ੍ਰੈਕਸ਼ਨ ਹੋ ਸਕਦੀ ਹੈ ਮਲਟੀਪਲੀਕੇਸ਼ਨ ਹੋ ਸਕਦੀ ਹੈ जिमें जिम्मे मैं हूँ क्वेश्चन करवाऊंगी थानू कंसैप्ट समझ आ जाएगा एडिशन सबट्रैक्शन मल्टीप्लीकेशन तो बाद अपना स्केयर एड हो हैं क्यूब्स एड हो सकते हैं यू चैक करना पेगा ठीक है ऑल्टरनेटिवली मतलब पहला अपना प्लस हो गया ओल्टरनेटली पहला एडिशन हो गया फिर सबट्रैक्शन हो गया मतलब एक अखर चो एडिशन हो रहा है दूजे च सब्रैक्शन हो रहा है तो कुछ भी हो सकता है ਠੀਕ ਹੈ ਕਰੀਏ ਜੀ ਸਟਾਰਟ ਆਊਟ ਹੁਣ ਆਪਾਂ ਨੂੰ ਦਿੱਤਾ ਹੋਇਆ ਹੈ ਕੁਐਸਚਨ ਨੰਬਰ 1 16 15 45 68 ਤੇ 91 ਹੁਣ ਇਹ ਤਾਂ ਆਪਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਪਲੱਸ ਹੋ ਰਿਹਾ ਹੈ ਠੀਕ ਹੈ ਇਹਦੇ ਵਿੱਚ ਕੀ ਹੋ ਰਿਹਾ ਹੈ ਚੀਜ਼ ਵੱਧ ਰਹੀ ਹੈ ਨਾ ਤਾਂ ਪਲੱਸ ਹੀ ਹੋਊਗਾ ਠੀਕ ਹੈ 1 ਚ ਕਿੰਨਾ ਪਲੱਸ ਹੋਇਆ 5 ਪਲੱਸ ਹੋ ਗਿਆ ਠੀਕ ਹੈ ਜੀ ਹੁਣ 15 ਚੋਂ 6 ਗਏ एज कि प्लस हो गया नौ no प्लस हो गया चलो ठीक है अगे देखो कि प्लस होया हाले आप कुछ नहीं पता चलिया पां तो नौ कोई गल बन नहीं रही हैगी हूँ आप अगे भी चेक करना पेगा अगे कि में चेक करोंगे छियाहठ चो पंताली माइनस करके देखो कि पंताली कि प्लस होया कि प्लस होया इक्की प्लस होया ठीक है हूँ छियाठ च चो छियाहठ माइनस करके देख लो कि प्लस हो रहा ਇਨ ਆਪਲਾਸ ਹੋ ਰਿਹਾ 25 ਆਹੀ ਹੋ ਰਿਹਾ ਠੀਕ ਹੈ ਹੁਣ ਦੇਖੋ ਜਿਹੜੀ ਆਪਣੀ ਇਹ ਬਣੀ ਹੈ ਇੱਕ ਤਾਂ 5 ਪਲੱਸ ਹੋ ਗਿਆ 1 ਪਲੱਸ ਹੋ ਗਿਆ 9 ਇੱਥੇ ਆਪਾਂ ਨੂੰ ਪਤਾ ਨਹੀਂ ਵੀ ਕੀ ਪਲੱਸ ਹੋਊਗਾ ਠੀਕ ਹੈ ਇੱਥੇ ਆਪਾਂ ਨੂੰ ਪਤਾ ਨਹੀਂ ਫਿਰ ਆਪਾਂ ਨੂੰ ਇੱਥੇ ਵੀ ਨਹੀਂ ਪਤਾ ਫਿਰ ਆਪਣਾ ਪਲੱਸ ਹੋ ਗਿਆ ਜੀ 21 ਫਿਰ ਆਪਣਾ ਪਲੱਸ ਹੋ ਗਿਆ 25 ਇਹ ਤਾਂ ਕੋਈ ਸੀਰੀਜ਼ ਬਣੀ ਨਹੀਂ ਹੈਨਾ ਹੁਣ ਆਪਾਂ ਨੂੰ ਦੇਖਣਾ ਇਹਦੇ نیچے ਦੇਖਣਾ ਪਊਗਾ ਕਿੰਨਾ ਪਲੱਸ ਹੋਇਆ 4 ठीक है इतने भी किन्ने का फर्क है प्लस चार मतलब जेडी चीज़ प्लस हो रही है उस चार होर प्लस करो नौ चार प्लस करा कि आजगा तेरह आजगा तेरह आजगा ना नौ अगर आप चार प्लस करा तो तेरह आजगा हूँ पंद्रह तेरह प्लस करा कि आजगा अठाई आजगा ठीक है हूँ इतना प्लस होया तेरह च फिर चार प्लस करिए कि आजगा तेरह चार प्लस करके सतारा आजगा 28 ਚ ਅਗਰ ਆਪਾਂ ਹੁਣ 17 ਪਲੱਸ ਕਰਾਂਗੇ ਆਪਨਾ 45 ਬਣਦਾ ਨਾ ਹਾਂਜੀ ਬਣਦਾ ਇਹਦੇ ਵਿੱਚ ਕੀ ਪਲੱਸ ਹੋ ਰਿਹਾ ਹੁਣ ਪਹਿਲਾ ਪਲੱਸ ਹੋਇਆ 5 ਫੇਰ ਹੋਇਆ 9 ਫੇਰ ਆਪਾਂ ਨੂੰ ਪਤਾ ਨਹੀਂ ਸੀ ਕਿੰਨਾ ਪਲੱਸ ਕਰਨਾ ਹੈ ਫੇਰ ਆਪਾਂ ਨੂੰ ਫੇਰ ਨਹੀਂ ਪਤਾ ਸੀ ਕਿੰਨਾ ਪਲੱਸ ਕਰਨਾ ਹੈ ਫੇਰ ਹੋਇਆ ਪਲੱਸ 21 ਫੇਰ ਹੋਇਆ ਪਲੱਸ 25 ਹੁਣ ਇਹ ਇਹ ਨਾ ਤਾਂ ਮਤਲਬ ਅਗਰ ਆਪਾਂ ਦੇਖੀਏ 1 2 3 4 5 ਐਵੇਂ ਵੀ ਨਹੀਂ ਪਲੱਸ ਹੋ ਰਿਹਾ ਇਹਦਾ ਕੋਈ ਪੈਟਰਨ ਨਹੀਂ ਬਣ ਰਿਹਾ ਨਾ ਤਾਂ ਕੋਈ ਪਹਾੜਾ ਚੱਲ ਰਿਹਾ ਨਾ ਨੇਚਰਲ ਨੰਬਰ ਚੱਲ ਰਹੇ ਹਨ ਲਗਾਤਾਰ ਨਾ ਹੋਲ ਨੰਬਰ ਚੱਲ ਰਹੇ ਹਨ ਫਿਰ ਆਪਾਂ ਨੂੰ ਹੁਣ ਇੱਕ ਚੀਜ਼ ਹੋਰ ਦੇਖਣੀ ਪਊਗੀ ਕਿ ਇੰਨਾ ਚ ਕਿੰਨੇ ਕਿੰਨੇ ਦਾ ਫਰਕ ਹੈ 4 4 ਦਾ ਫਰਕ ਹੈ ਠੀਕ ਹੈ ਹੁਣ ਅਗਰ ਆਪਾਂ 9 'ਚ ਵੀ 4 ਪਲੱਸ ਕਰ ਦਾਂਗੇ 13 ਆਜੂਗਾ ਨਾ 13 ਆਜੂਗਾ ਮਤਲਬ 13 ਇਹ 'ਚ ਐਡ ਹੋਊਗਾ ਅਗਲਾ ਨੰਬਰ ਲੈਣ ਲਈ ਤਾਂ 15 13 28 ਆ ਗਿਆ ਠੀਕ ਹੈ ਹੁਣ ਆਪਾਂ ਕਰਕੇ ਦੇਖ ਲਾਂਗੇ 45 'ਚੋਂ 28 ਮਾਈਨਸ ਕਿ ਇੱਥੇ ਸਹੀ ਆ ਰਿਹਾ ਹੈ ਹਾਂਜੀ ਬਿਲਕੁਲ ਸਹੀ ਆ ਰਿਹਾ ਹੈ ਠੀਕ ਹੈ ਤਾਂ ਇਹਦਾ ਜਿਹੜਾ ਮਿਸਿੰਗ ਟਰਮ ਹੈ ਉਹ ਕੀ ਹੈ ਜੀ 28 ਯਾਰ ਸਟੂਡੈਂਟਸ ਅਗਰ ਤੁਹਾਨੂੰ ਕੋਈ ਵੀ ਡਾਊਟ ਆਂਦਾ ਹੈ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਆਜੋ ਜੀ ਦੂਜਾ ਕੋਸ਼ਨ ਕਰੀਏ ਸਟਾਰਟ ਦੇਖੋ ਇਹ ਵੀ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਨਕਰੀਜ਼ਿੰਗ ਆਰਡਰ ਹੈ ਇਨਕਰੀਜ਼ਿੰਗ ਆਰਡਰ ਹੈ ਚਲੋ ਕਰਦੇ ਹਾਂ 2 ਚ ਕਿੰਨਾ ਪਲੱਸ ਕਰੀਏ 3 ਪਲੱਸ ਕਰ ਦਈਏ ਹੁਣ ਕਿੰਨਾ ਪਲੱਸ ਕਰੀਏ 4 ਪਲੱਸ ਕਰ ਦਈਏ ਹੁਣ ਕਿੰਨਾ ਪਲੱਸ ਕਰੀਏ ਜੀ ਹੁਣ ਆਪਾਂ ਪਲੱਸ ਕਰ ਦਨੇ ਆ ਦਾਸ ਲੇਕਿਨ ਗੱਲ ਬੰਦ ਹੀ ਨਹੀਂ ਲੱਗ ਰਹੀ ਠੀਕ ਹੈ ਇਹਦੇ ਵਿੱਚ ਤਾਂ ਰੂਲ ਵੀ ਨਹੀਂ ਲੱਗਣਾ ਕਿ 4 ਚੋਂ 3 ਗਏ 1 ਆ ਗਿਆ ਨਹੀਂ ਜੀ ਇਹ ਰੂਲ ਵੀ ਨਹੀਂ ਲੱਗ ਰਿਹਾ ਹੁਣ ਕੀ ਕਰਾਂਗੇ ਇਹ ਸਿਰਫ ਤੇ ਸਿਰਫ ਕੀਮੇ ਆਂਗੇ ਕੁਐਸ਼ਨਸ ਪ੍ਰੈਕਟਿਸ ਨਾਲ ਜਿਹੜੇ ਬੱਚੇ ਪਹਿਲੀ ਵਾਰ ਇਹ ਕੁਐਸ਼ਨਸ ਕਰ ਰਹੇ ਆ ਉਹਨਾਂ ਨੂੰ ਥੋੜਾ ਔਖਾ ਜ਼ਰੂਰ ਲੱਗੂਗਾ ਪਰ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਬਹੁਤ ਹੀ ਆਰਾਮ ਨਾਲ ਤੁਸੀਂ ਇਹ ਕੁਐਸ਼ਨਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਰ ਪਾਉਗੇ ਠੀਕ ਹੈ 2 ਤੇ 5 ਦਾ ਰਿਲੇਸ਼ਨ ਲੱਭਣਾ ਹੈ ਆਪਾਂ 2 ਤੇ 5 ਦਾ 2 ਦੇ ਪਹਾੜੇ ਤੇ ਤਾਂ ਆਂਦਾ ਨਹੀਂ ਇਹ ਲੇਕਿਨ ਆਪਾਂ ਇਹ ਕਰ ਸਕਦੇ ਆ 2 2 1 4 1 5 ਹੋ ਗਿਆ ਬਣ ਗਿਆ ਹੁਣ 5 ਤੇ 9 ਦਾ ਰਿਲੇਸ਼ਨ ਲੱਭਣਾ 9 5 ਦੇ ਪਹਾੜੇ ਤੇ ਤਾਂ ਆਂਦਾ ਨਹੀਂ ਲੇਕਿਨ ਆਪਾਂ ਐਵੇਂ ਕਰ ਸਕਦੇ ਆ 5 2 1 10 -1 ਕਿੰਨਾ ਆ ਗਿਆ 9 ਆ ਗਿਆ ਠੀਕ ਹੈ ਤਾਂ ਇਹਦੇ ਵਿੱਚ ਕੀ ਪੈਟਰਨ ਫੋਲੋ ਹੋ ਰਿਹਾ ਹੈ ਇਹਦੇ ਵਿੱਚ ਗੁਣਾ 2 1 ਫਿਰ ਗੁਣਾ 2 1 ਫਿਰ ਗੁਣਾ 2 1 ਫਿਰ ਗੁਣਾ 2 1 ਗੁਣਾ 2 1 2 ਨਾਲ ਗੁਣਾ ਕਰਨਾ ਹੈ ਠੀਕ ਹੈ ਤੇ ਐਡ ਕਰਨਾ ਹੈ 1 ਅਗਲੇ ਚ 2 ਨਾਲ ਗੁਣਾ ਕਰਨਾ ਹੈ ਮਾਈਨਸ ਕਰਨਾ ਹੈ 1 ਕਲੀਅਰ ਹੈ ਕਲੀਅਰ ਹੈ ਜੀ किसी कोई भी डाउट हो करिए अगे देखो की आ गया दो गुना दो प्लस एक पाँच आ गया गुना दो माइनस एक नौ आ गया नौ गुना दो अठारह प्लस एक उन्नी आ गया उन्नी दो अठत्ती माइनस एक सैंती आ गया सैंती गुना दो चौहत्तर चौहत्तर प्लस एक पचहत् कि आंसर आ गया पचहत् कि आंसर आ गया स्टूडेंट्स सैवेंटी फाइव क्लीयर है ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਉਹ ਮੈਂ ਬਾਰ-ਬਾਰ ਕਹਿ ਰਹੀਆਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਚਲੋ ਜੀ ਅਗਲਾ ਕੁਸ਼ਣ ਕਰਦੇ ਆਪਾਂ ਲਗਾਓ ਆਪਣਾ ਦਿਮਾਗ ਕੀ ਕੀ ਕੀਤਾ ਇਹਨਾਂ ਨੇ 4 4 ਚ 8 ਫੇਰ 20 ਪਲੱਸ ਹੋ ਗਿਆ ਕੋਈ ਗੱਲ ਨਹੀਂ ਬੰਨੀ ਨਹੀਂ ਬੰਨੀ ਜੀ ਫਿਰ ਹੋਰ ਕੀ ਕਰ ਸਕਦੇ ਆਂ ਦੇਖੋ 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 ਫਟਾਫਟ ਸੋਚੋ ਇਹ ਤਾਂ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਮਾਈਨਸ ਤਾਂ ਕੁਝ ਨਹੀਂ ਹੋ ਰਿਹਾ ਪਲੱਸ ਹੀ ਹੋ ਰਿਹਾ ਹੈ ਹੁਣ ਮਲਟੀਪਲੀਕੇਸ਼ਨ ਕਰਕੇ ਪਲੱਸ ਹੋ ਰਿਹਾ ਹੈ ਡਿਵਾਈਡ ਕਰਕੇ ਪਲੱਸ ਹੋ ਰਿਹਾ ਉਹ ਆਪਾਂ ਨੇ ਦੇਖਣਾ ਹੈ ਉਹ ਆਪਾਂ ਨੇ ਦੇਖਣਾ ਹੈ ਉਹਨੂੰ ਫਿਰ ਦੇਖੋ ਕਿਵੇਂ ਕਰਾਂਗੇ ਆਪਾਂ ਜਿੰਨੀ देर ਤੁਸੀਂ ਨੋਟਬੁੱਕ ਤੇ ਪੈਨ ਲੈ ਕੇ ਨਹੀਂ ਬੈਠੋਗੇ ਠੀਕ ਹੈ ਉਹਤੇ ਨਹੀਂ ਲਿਖੋਗੇ 19 ਦੇ ਤੁਹਾਨੂੰ ਕੁਝ ਸਮਝ ਨਹੀਂ ਆਣਾ ਨੋਟਬੁੱਕ ਤੇ ਪੈਨ ਲੈ ਕੇ ਬੈਠੋ ਕੁਐਸਚਨ ਨੂੰ ਟਰਾਈ ਕਰੋ ਫੇਰ ਹੀ ਤੁਸੀਂ ਨੰਬਰ ਸੀਰੀਜ਼ ਅਲਫਾਬੈਟ ਸੀਰੀਜ਼ ਕਰਨ ਦੇ ਕਾਬਿਲ ਬਣੋਗੇ ਕੋਈ ਲੌਜੀਕ ਨਹੀਂ ਲੱਗ ਰਿਹਾ ਐਡ ਕਰਕੇ ਵੀ ਦੇਖ ਲਿਆ ਆਪਾਂ ਹਨਾ 4 8 28 80 246 ਹੁਣ ਇਹਦੇ ਵਿੱਚ ਜੇ ਅਗਰ ਆਪਾਂ ਐਵੇਂ ਕਰੀਏ 3 1 4 ਆ ਗਿਆ 3 1 ਇਹ ਕੋਈ ਵੀ ਕੋਈ ਵੀ ਨੰਬਰ ਚੱਕ ਕੇ ਆਪਾਂ ਕਰ ਸਕਦੇ ਆ ਠੀਕ ਹੈ ਕੋਈ ਵੀ ਨੰਬਰ चक्के आप जिमें तीन महीने चके तीन प्लस एक इकअल्स टू चार आप कोई भी नंबर चक्के पैटर्न बना सकते हैं लेकिन अपना पैटर्न बनना चाहिए ठीक है कोई भी नंबर चक्के आप पैटर्न बना सकते हैं लेकिन वह पैटर्न की होना चाहिए जी बनना चाहिए ठीक है तीन प्लस एक कि हो गया चार हो गया अठ आया हूँ तीन का अगर आपेयर करिए नौ आजूगा माइनस एक कर दीए तो अठ आजगा नौ माइनस अठ कि आ गया अठ बन गई गल लगता है ठीक है हूँ जो आप तीन का क्यूब करिए प्लस एक करा तो अठाई आजगा तीन का क्यूब किमें आऊगा तीन गुना तीन गुना तीन माइनस एक ठीक है सॉरी प्लस एक कि आ गया अठाई आ गया ठीक है गल समझ आई इन्हों ने किता ने किया जी 3 ਨੂੰ ਚੱਕ ਲਿਆ 3 ਨੂੰ ਬਾਰ-ਬਾਰ ਗੁਣਾ ਕਰੀ ਗਏ ਠੀਕ ਹੈ ਜਿਵੇਂ ਪਹਿਲਾਂ 1 3 ਲੀਤਾ ਉਹ ਚ ਪਲੱਸ 1 ਕਰਤਾ ਫਿਰ 2 3 ਲੀਤੇ ਉਹ ਚ ਮਾਈਨਸ 1 ਕਰਤਾ ਫਿਰ 3 3 ਲੀਤੇ ਉਹ ਚ ਪਲੱਸ 1 ਕਰਤਾ ਠੀਕ ਹੈ ਹੁਣ ਮਾਈਨਸ ਕਰਾਂਗੇ 3 ਦੀ ਪਾਵਰ 4 1 3 3 3 3 1 ਠੀਕ ਹੈ 9 27 81 81 ਜੋ 1 ਜਾਊਗਾ तो कि आजूगा अस्सी आजगा ठीक है एवें ही हूँ थ्री रेस टू पार फाइव प्लस वन तीन गुना तीन कि आजगा दो सौ तरताली होंगे दे देखो दो सौ तरताली होंगे तो कि आ गया दो सौ चुताली ठीक है कि आ गया जी दो सौ चुताली हूँ थ्री रेस टू पार सिक्स माइनस की वारी है तो माइनस आ आजगा ठीक है तीन गुना तीन गुना तीन गुना तीन गुना तीन ते गुना तीन ठीक है तीन का क्यूब तो पता ही है सताई गुना सताई कि होंगे सात सौ उन्ती माइनस एक तो सात सौ अठाई इतने आंसर की आजुगा सात सौ अठाई मैं थोड़े जड़े कोशनस लेके आई हूँ थोड़े हाई लैवल क्वेश्चन लेके आई हाँ यह पैटर्न ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲੇਗਾ ਸਿੱਧਾ ਜੋੜ ਘਟਾ ਤਾਂ ਹੁਣ ਸਾਰਿਆਂ ਨੂੰ ਹੀ ਕਰਨਾ ਆਉਂਦਾ ਏ ਠੀਕ ਹੈ ਤੁਸੀਂ ਇਹ ਐਟ ਲੀਸਟ ਗ੍ਰੈਜੂਏਟ ਸਟੂਡੈਂਟ ਤਾਂ ਹੋਵੋਗੇ ਹੀ ਨਾ ਤਾਂ ਇੰਨਾ ਕੁ ਸਿੰਪਲ ਲੈਵਲ ਤਾਂ ਸਾਰੇ ਬੱਚੇ ਕਰ ਹੀ ਲੈਂਦੇ ਐ ਇਵੇਂ ਥੋੜਾ ਜਿਹਾ ਹਾਈ ਲੈਵਲ ਲੈ ਕੇ ਆਈਆਂ ਤਾਂ ਕਿ ਤੁਹਾਨੂੰ ਪਤਾ ਲੱਗੇ ਰਿਐਲਿਟੀ ਦਾ ਕਿ ਪੇਪਰ ਦੇ ਵਿੱਚ ਕੀ ਆ ਸਕਦਾ ਹੈ ਠੀਕ ਹੈ ਐਸੇ ਕੁਐਸਚਨਸ ਉੱਥੇ ਦੇਖਣ ਨੂੰ ਮਿਲਣਗੇ ਆਪਾਂ ਨੂੰ ਕਰੀਏ ਜੀ ਅਗਲਾ ਚਲੋ हूँ जिमें कि तुम देख पा रहे हो ठीक है जिमें कि तुम देख पा रहे हो कि दस हज़ार ग्यारह हज़ार ठीक है नड़िनवे सौ दस हज़ार अठ सौ नब्बे अठानवे जीरो एक हूँ की हो रहा है देखिए दस हज़ार ग्यारह हज़ार बनाने ली कि प्लस करना पार कि आ गया ग्यारह हज़ार ठीक है कि प्लस एक हज़ार करता ਹੁਨੇ تھے 11000 9900 ਮਤਲਬ ਮਾਈਨਸ ਹੋਇਆ ਕਿੰਨਾ ਮਾਈਨਸ ਹੋਇਆ ਉਹ ਆਪਾਂ ਨੂੰ ਦੇਖਣਾ ਪਏਗਾ 10 ਚੋਂ ਹੋ ਗਿਆ 1 10 ਚੋਂ ਹੋ ਗਿਆ 1 ਮਾਈਨਸ ਕਿੰਨਾ ਹੋ ਗਿਆ 1100 ਹੁਨੇਜ ਪਲੱਸ ਹੋਇਆ ਕਿੰਨਾ ਪਲੱਸ ਹੋਇਆ ਉਹ ਦੇਖਣ ਲਈ ਵੀ ਇਹ ਜੋ ਮਾਈਨਸ ਕਰਕੇ ਦੇਖ ਲਓ किना हो जी प्लस हूँ नौ सौ नब्बे कि प्लस होया नौ सौ नब्बे अगे करके देखो जी अपनी अपनी नोटबुक्स से सारे ट्राई करो देखो कि आंसर सब तो पहला आता हूँ अगे देखिए हूँ कि होया माइनस होया कि माइनस होया है? वो देखना पेगा करके देखो जी माइनस दस हज़ार अठ सौ नब्बे माइनस अठानवे जीरो एक कि माइनस होया जी वन जीरो एट नाइन ठीक है करके देख लो ठीक है हूँ बच्चे सोचन गे कि पहला प्लस होया, ठीक है, फिर माइनस होया फिर प्लस होया फिर माइनस होया, ठीक है हूँ प्लस होगा लेकिन जेड़े आह नंबर हैं, जेड़े आह नंबर हैं, वो तो क्या आए हजार ग्यारह सौ नौ सौ नब्बे एक वन जीरो एट नाइन ठीक है कितो आए ਅਗਰ ਆਪਾਂ ਦੇਖੀਏ ਇਹ ਨੰਬਰ ਵੀ ਤੁਹਾਡੇ ਕੁਐਸਚਨ ਦੇ ਵਿੱਚ ਹੀ ਨੇ ਠੀਕ ਹੈ ਦੇਖੋ ਜੀ 1 2 3 4 5 ਪੰਜ ਡਿਜੀਟਸ ਐ ਇਹਦੇ ਆਪਾਂ ਨੇ ਕੀ ਕੀਤੇ ਪਹਿਲੇ ਚਾਰ ਡਿਜੀਟ ਚੱਕਨੇ ਆ ਤੇ ਇਹ ਚ ਪਲੱਸ ਕਰਦੇ ਅਗਲੇ ਚਾਰ ਡਿਜੀਟ ਚੱਕ ਕੇ ਅਗਲੇ ਚੋ ਮਾਈਨਸ ਕਰਦੇ ਹੁਣ ਇੱਥੇ ਆਪਣੇ ਚਾਰ ਡਿਜੀਟ ਐ ਇੱਕ ਡਿਜੀਟ ਛੱਡਣਾ ਠੀਕ ਹੈ ਇਹ ਤਿੰਨ ਚੱਕ ਕੇ ਪਲੱਸ ਕਰਦੇ ਫਿਰ ਚਾਰ ਚੱਕ ਕੇ ਮਾਈਨਸ ਕਰਦੇ ਹੁਣ तीन चाके की करा प्लस कर देंगे की च पलस करोंगे एच प्लस कर देंगे ठीक है आंसर की आजूगा यही आजूगा जी एक ठीक है प्लस करोंगे ना एक अठ सतारस कि आ गया वन जीरो सैवन एट वन ठीक है जी कि आ गया वन जीरो सैवन एट वन क्लीयर है ਤਾਂ ਐਸੇ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਠੀਕ ਹੈ ਜੋ ਵੀ ਸਟੂਡੈਂਟਸ ਦੇਖੋ ਤੁਹਾਨੂੰ ਪਤਾ ਹੈ ਸੁਖੇਜਾ ਟਿਊਸ਼ਨਸ ਵਾਲੇ ਬਹੁਤ ਹੀ ਟਰਸਟਡ ਤੁਹਾਨੂੰ ਉਹ ਕਰਵਾਉਂਦੇ ਨੇ ਕੰਟੈਂਟ ਠੀਕ ਹੈ ਤੇ ਤੁਹਾਨੂੰ ਪੇਪਰ ਦੇ ਵਿੱਚ ਉਹ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ ਤਾਂ ਜੋ ਵੀ ਸਟੂਡੈਂਟਸ ਇਮਾਨਦਾਰੀ ਨਾਲ ਬੈਚ ਨੂੰ ਜੁਆਇਨ ਕਰਕੇ ਇਮਾਨਦਾਰੀ ਨਾਲ ਹੀ ਪੜ੍ਹੇਗਾ ਉਹ ਬਹੁਤ ਜਲਦੀ ਸਕਸੈਸਫੁਲ ਹੋ ਜਾਊਗਾ ਠੀਕ ਹੈ ਲੇਕਿਨ थोड़े तो की करना है ईमानदारी पढ़ना है ठीक है जी चलिए अगले क्वेश्चन वाल आओ जी हूँ की हो रहा है <coughs> जीरो छे चौबी सठ एक सौ भी दो सौ दस ठीक है जे आप हूँ देखिए कि आप चलो कुछ प्लस करके देख लो या माइनस करके देख लो ओ पोसीबल नहीं क्यों पोसीबल नहीं है का? क्योंकि बहुत ही ज़्यादा फर्क न रकम दीतिया हुई ਬਹੁਤ ਹੀ ਜ਼ਿਆਦਾ ਫਰਕ ਨਾਲ ਕੀ ਦਿੱਤੀਆਂ ਹੋਈਆਂ ਰਕਮਾਂ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਠੀਕ ਹੈ ਤਾਂ ਹੁਣ ਤੁਸੀਂ ਸੋਚੋ ਆਪਾਂ ਕੀ ਕਰ ਸਕਦੇ ਹਾਂ ਕੋਈ ਗੁਣਾ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੁਣਾ ਕਰਕੇ ਦੇਖਦੇ ਹਾਂ ਜ਼ੀਰੋ ਨਾਲ ਤਾਂ ਕੁਝ ਗੁਣਾ ਨਹੀਂ ਹੁੰਦਾ ਇੱਥੋਂ 6 ਤੋਂ ਸ਼ੁਰੂ ਕਰਦੇ ਹਾਂ ਠੀਕ ਹੈ 4 6 24 ਹੁੰਦਾ 4 6 24 ਹੁੰਦਾ ਹੈ ਲੇਕਿਨ 60 ਇੱਥੇ ਗੁਣਾ 2 ਹੋ ਗਿਆ ਗੱਲ ਬਣੀ ਨਹੀਂ ਠੀਕ ਹੈ ਨਹੀਂ ਗੱਲ ਬਣੀ ਹੁਣ ਆਪਾਂ ਕੀ ਕਰੀਏ ਇਹਦੇ ਵਿੱਚ ਫਿਰ ਪਲੱਸ ਹੀ ਕਰਨ ਦਾ ਇੱਕ ਆਪਸ਼ਨ ਲੈ ਗਿਆ 0 6 24 60 120 210 ਪਲੱਸ ਕਿਉਂ ਕਰ ਰਹੇ ਆ ਕਿਉਂਕਿ ਹੋਰ ਪੁੱਛ ਆਪਣੇ ਆਪਾਂ ਨੂੰ ਪਤਾ ਨਹੀਂ ਚੱਲ ਰਿਹਾ ਪਲੱਸ 6 ਹੋ ਗਿਆ ਏਜ ਕਿੰਨਾ ਪਲੱਸ ਹੋਇਆ अठारह बहुत फर्क आ रहे हैं चलो कोई गल नहीं देख रहे हैं जी करके कि प्लस होया छत्ती एज कि प्लस हो गया सठ एज कि प्लस हो गया नब्बे ठीक है लेकिन कोई पैटर्न बनया नहीं छे अठारह 36 सठ नब्बे कोई पैटर्न नहीं बनिया तो हूँ आप दोबारा अगे देखना पेगा कि पता है इन्ह के नीचे कोई पैटर्न बन जाए अठारह चौं गए बारह छत्तीस जो अठारह गए अठारह फिर चौबी फिर ती समझ आया मतलब छे छे के फर्क न आजुगा प्लस छत्ती आजगा नब्बे छत्तीस प्लस करोंगे एक सौ छब्बीस आजगा एक सौ छब्बी कि ऐड करने हैं, दो सौ दस दो सौ दस के करों ਦਾ ਕੀ ਆਂਸਰ ਆ ਜੂਗਾ 336 ਠੀਕ ਹੈ ਦੇਖੋ ਸਟੂਡੈਂਟਸ ਸਭ ਤੋਂ ਪਹਿਲਾਂ ਆਪਾਂ ਨੇ ਦੇਖਣਾ ਹੁੰਦਾ ਹੈ ਕਿ ਕੋਈ ਵੀ ਨੰਬਰ ਹੈ ਜੋ ਉਹ ਇਨਕਰੀਜ਼ ਹੋ ਰਿਹਾ ਹੈ ਜਾਂ ਡਿਕਰੀਜ਼ ਹੋ ਰਿਹਾ ਹੈ ਠੀਕ ਹੈ ਅਗਰ ਉਹ ਵਧ ਰਿਹਾ ਹੈ ਤਾਂ ਆਪਾਂ ਪਲੱਸ ਦੇਖਾਂਗੇ ਲੇਕਿਨ ਇਹਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ ਇਸ ਕਰਕੇ ਮੈਂ ਤੁਹਾਨੂੰ ਕਹਤਾ ਸੀ ਕਿ ਤੁਸੀਂ ਚਲੋ ਮਲਟੀਪਲਾਈ ਕਰਕੇ ਦੇਖ ਲਓ ਜਾਂ ਡਿਵਾਈਡ ਕਰਕੇ ਦੇਖ ਲਓ ਲੇਕਿਨ ਆਪਣਾ ਮਲਟੀਪਲਾਈ ਤੇ ਡਿਵਾਈਡ ਦਾ ਕੋਈ ਪੈਟਰਨ ਬਣਿਆ ਨਹੀਂ ਫਿਰ ਆਪਾਂ ਨੇ ਕੀ ਕੀਤਾ ਆਪਾਂ ਨੇ ਇਹਦਾ देख लिया कि दे ऐड हो छे अठारह छत्ती सब्बे एक सौ छब्बी ठीक है छे अठारह छत्तीस सठ नब्बे एक सौ छब्बी तो बाद आपने की ने फिर इन्हे डिफरेंस देख लिया छे का पहाड़ा चल रहा है ठीक है बारह अठारह चौबीस तीह तो छत्ती छत्ती कि प्लस होगा नब्बे ठीक है एक सौ छब्बी बन गया एक सौ छब्बीस हूँ कि प्लस होगा दो सौ दस के अपना आंसर कि तीन सौ छत्ती क्लीयर है आई होप थ समझ आ गई होएगी ठीक है चलिए अगले क्वेश्चन वल आओ जी की दिता हो चार सताई सोलह क्वेश्चन मार्क छत्ती तीन सौ तरताली थोड़ा होमवर्क की है अजली थोड़ा होमवर्क है जी एक तो लेके भी तक तो स्केयरसू अपनी कापी पर लिख लेना है तो याद कर लेना है एक तो लेकर दस तक क्यूब्स नीं लिख लेना अपनी कॉपी पर तो याद कर लेना ठीक है स्केयर समझ गए एक गुना एक एक दो गुना दो चार ठीक है तीन का फिर नौ सोलह एवें ये सारे जा याद होने चाहिए क्लीयर है ये थोड़ा भी तक आने चाहिए क्यूब थोन दस तक आने चाहिए क्यूब समझ के ना ਇਕ ਗੁਣਾ 1 ਗੁਣਾ 1 1 2 ਦਾ ਕਿਊ ਕਿੰਨਾ ਆ ਗਿਆ 8 ਫਿਰ 3 ਦਾ 27 ਠੀਕ ਹੈ ਫਿਰ 4 ਦਾ 64 ਫਿਰ 5 ਦਾ 100 ਇਹ ਤੁਹਾਨੂੰ ਸਾਰੇ ਐਵੇਂ ਯਾਦ ਹੋਣੇ ਚਾਹੀਦੇ ਆ ਠੀਕ ਹੈ ਜਿਹੜੇ ਬੱਚੇ ਨੂੰ ਕਯੂਬ ਤੇ ਸਕੁਅਰ ਆਉਂਦੇ ਹੋਣਗੇ ਉਹਦੇ ਲਈ ਆ ਕੋਰਸਨ ਕਰਨਾ ਕੋਈ ਔਖਾ ਨਹੀਂ ਹੈਗਾ ਕੀ ਦਿੱਤਾ ਹੋਇਆ ਹੈ 1 4 27 ਉਹ ਲਿਖੂਗਾ ਆਪਣੀ ਸ਼ੀਟ ਤੇ ਤੇ ਚੱਟ ਪਹਿਚਾਣ ਜੁਵਾ ਕੀ ਇਹਦੇ ਵਿੱਚ ਕੀ ਹੋਇਆ ਹੋਵੇ ਦੇਖੋ 2 ਦਾ ਸਕੁਅਰ ਹੈ

ਮੰਨ ਸਮਝ ਨਹੀਂ ਆਇਆ ਜੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਦੂਜੀ ਗੱਲ ਤੁਸੀਂ ਬਾਰ ਬਾਰ ਦੋ ਤਿੰਨ ਵਾਰ ਪ੍ਰੈਕਟਿਸ ਕਰੋਗੇ ਤਾਂ ਹੀ ਤੁਹਾਨੂੰ ਸਮਝ ਆਏਗਾ ਕੱਲ ਤੱਕ ਤੁਹਾਨੂੰ 1 ਤੋਂ ਲੈ ਕੇ 20 ਤੱਕ ਸਕੁਅਰਸ ਤੇ 1 ਤੋਂ ਲੈ ਕੇ 10 ਤੱਕ ਕਯੂਬਸ ਨੂੰ ਯਾਦ ਹੋਣੇ ਚਾਹੀਦੇ ਆ ਠੀਕ ਹੈ ਉਸ ਤੋਂ ਬਾਅਦ ਕੱਲ ਤੋਂ ਮੈਂ ਇੱਕ ਕੁਐਸਚਨ ਸੀਰੀਜ਼ ਦੀਆਂ ਕਲਾਸਾਂ ਸਟਾਰਟ ਕਰਨ ਲੱਗੀ ਆ ਕੁਐਸਚਨ ਸੀਰੀਜ਼ ਦੀਆਂ ਅੱਧੇ ਘੰਟੇ ਜਾਂ 40 ਮਿੰਟ ਦੀ ਆਪਣੀ ਕਲਾਸ ਹੋਇਆ ਕਰੇਗੀ ਉਹਦੇ ਵਿੱਚ 20 ਕੁਐਸਚਨ ਹੋ ਜਾਣ 10 ਕੁਐਸਚਨ ਹੋ ਜਾਣ 25 ਕੁਐਸਚਨ ਹੋ ਜਾਣ ਬਹੁਤ ਹੀ ਆਰਾਮ ਦੇ ਨਾਲ ਕਰਵਾਇਆ ਜਾਊਗਾ ਜੋ ਵੀ ਪੰਜਾਬ ਦੇ ਪੇਪਰਾਂ ਦੇ ਵਿੱਚ ਆ ਚੁੱਕੇ ਕੁਐਸਚਨਸ ਐ ਉਹਨਾਂ ਦੀ ਉਹ ਕਲਾਸ ਹੋਇਆ ਕਰੇਗੀ ਠੀਕ ਐ ਟਾਈਮ ਤੇ ਉਸ ਕਲਾਸ ਦੇ ਵਿੱਚ ਆਇਆ ਕਰੋ ਮੈਂ बार-बार ਕਹਿ ਰਹੀ ਆਂ ਅਗਰ ਤੁਸੀਂ ਸੀਰੀਅਸ ਹੋ ਤਾਂ ਪੇਡ ਬੈਚ ਨੂੰ ਤੁਸੀਂ ਜੁਆਇਨ ਕਰੋ ਮੋਹੀ ਸਰ ਨਾਲ ਤੁਸੀਂ ਕੰਟੈਕਟ ਕਰ ਲਓ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਠੀਕ ਹੈ ਵੀਡੀਓ ਨੂੰ ਪਿੱਛੇ ਜਾ ਕੇ ਦੇਖ ਲਓ ਨੰਬਰ ਤੁਹਾਨੂੰ ਮਿਲ ਜੂਗਾ ਅਗਰ ਫੇਰ ਵੀ ਕੋਈ ਦਿੱਕਤ ਆਂਦੀ ਹੈ ਤੁਸੀਂ ਵੀਡੀਓ ਤੇ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਅਗਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਉਹ ਦੱਸ ਵੀ ਸਕਦੇ ਹੋ ਠੀਕ ਹੈ ਸਟੂਡੈਂਟਸ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਓਕੇ ਸਟੂਡੈਂਟਸ